ਸਿੱਧੇ ਮੱਥੇ ਹੁੰਦਾ ਨੀ ਉਹ ਰੋਗ ਸੋਹਣੀਏ ਸਿੱਧੇ ਮੱਥੇ ਹੁੰਦਾ ਨੀ ਉਹ ਰੋਗ ਤਾਈਓ ਮੈਥੋਂ ਸੜਦੇ ਆ। ਸੋ ਹੇ ਯੂਟਿਊਬ ਫੈਮਿਲੀ, ਦਿਸ ਇਜ਼ ਗੁਰਪ੍ਰੀਤ ਐਂਡ ਯੂ ਆਰ ਵਾਚਿੰਗ ਜੀਪੀ ਵਲੌਗਸ। ਤੋ ਫਿਲਹਾਲ ਅੱਜ ਦਾ ਵਲੌਗ ਹੈ, ਵਲੌਗ ਕਿਆ ਹੈ ਉਸ ਤੋਂ ਪਹਿਲੇ ਆਪ ਇਹ ਦੇਖੋ ਜੋ ਇੱਧਰ ਦਾ ਵੈਦਰ ਹੈ ਨਾ ਇਸ ਵਕਤ ਇੱਕ ਨੰਬਰ ਹੈ। ਔਰ ਇਹ ਲੱਗੀ ਆਪਣੀ ਮੋਨਸਟਰ ਪੈਸ਼ਨ ਹਬੀਬੀ। ਔਰ ਆਪਕੋ ਇਨ ਚੀਜ਼ੋਂ ਮੈਂ ਇੱਕ ਚੀਜ਼ ਥੋੜ੍ਹੀ ਸੀ ਯੂਨੀਕ ਹੋ ਸਕਦਾ ਲੱਗੀ ਹੋ, ਲੇਕਿਨ ਹੋ ਸਕਦਾ ਨਹੀਂ ਵੀ ਲੱਗੀ ਹੋ, ਕਿਉਂਕਿ ਜੋ ਪਿਛੇ ਜੋ ਇਸ ਪਹਿਲਾ ਵਲੌਗ ਥਾ ਨਾ ਆਪਣਾ, ਉਹ ਹਮਨੇ ਕਰਨਾ ਪੜਾ ਡਿਲੀਟ, ਕਿਉਂਕਿ ਉਸਮੇ ਜੋ ਆਪਣੇ ਕੋਲ ਵੋਇਸ ਕੀ ਜੋ ਥਾ ਆਡੀਓ ਥੀ ਨਾ, ਆਡੀਓ ਕਾ ਕੁਛ ਇਸ਼ੂ ਆ ਗਿਆ ਕਿ ਫੋਨ ਮੈਂ ਆਡੀਓ ਹੀ ਨਹੀਂ ਆਈ, ਕਿਉਂਕਿ ਪਹਿਲੀ ਵਾਰ ਮੈਂ ਮਾਈਕ ਸੈਟਅਪ ਵਗੈਰਾ ਕੀਆ ਥਾ ਮੋਟੋ ਵਲੌਗਿੰਗ ਕੇ ਲੀਏ। ਔਰ ਮੈਂ ਦੇਣੇ ਗਿਆ ਥਾ ਯੇ ਆਪਣਾ ਪੈਸ਼ਨ ਪਲੱਸ, ਜਿਸਕੀ ਹਾਲਤ ਜੋ ਪਹਿਲੇ ਥੀ ਨਾ ਵੋ ਮੈਂ ਅਭੀ ਆਪਕੋ ਥੋੜ੍ਹੀ ਸੀ ਜੋ ਇਸਕੀ ਹਾਲਤ ਥੀ ਨਾ ਵੋ ਮੈਂ ਅਭੀ ਆਪਕੋ ਥੋੜ੍ਹੀ ਸੀ ਦਿਖਾ ਦੇਤਾ ਹੂੰ ਕਿ ਇਸਮੇਂ ਕਿਆ ਗਿਆ ਥਾ, ਜੋ ਟਾਈਮ ਲੈਪਸ ਲਗਾ ਕੇ ਜਾਂ ਥੋੜ੍ਹੀ ਸੀ ਸਿਨੇਮੈਟਿਕ ਮੈਂ ਆਪਕੋ ਇਸਕੀ ਜੋ ਹੈ ਹਾਲਤ ਬਤਾ ਦੂੰਗਾ, ਅਗਰ ਵੀਡੀਓ ਕਲਿੱਪ ਡਿਲੀਟ ਨਾ ਹੋਈ ਹੋ। ਇਸਕਾ ਆਗੇ ਸੇ ਯੇ ਮਡਗਾਰਡ ਵੀ ਟੂਟਾ ਹੋਗਾ, ਯੇ ਵੀ ਟਾਪਾ ਵੀ ਯਹਾਂ ਸੇ ਵੀ ਟੂਟਾ ਹੋਗਾ, ਟੈਂਕੀ ਜੋ ਹੈ ਟੈਂਕੀ ਮੇਂ ਵੀ ਡੈਂਟ ਹੈ, ਯੇ ਵੀ ਟੂਟਾ ਹੋਗਾ। ਦੂਸਰੀ ਸਾਈਡ ਸੇ ਇਸਕੀ ਯੇ ਹਾਲਤ ਹੈ, ਯੇ ਪੂਰਾ ਯੇ ਟੂਟਾ ਹੋਗਾ, ਇੰਜਨ ਤੋ ਇਸਕਾ ਪੂਰਾ ਹੀ ਬਨੇਗਾ ਅਬ, ਕਿਉਂਕਿ ਆਲਮੋਸਟ ਯੇ 1.5 ਲੱਖ ਸੇ ਜ਼ਿਆਦਾ ਚਲ ਚੁੱਕਾ ਹੈ, ਯੇ ਵੀ ਟੂਟਾ ਹੋਗਾ। ਜੋ ਉਸਕੇ ਬਾਅਦ ਜੋ ਆਪਣੀ ਫਾਈਨਲ ਲੁੱਕ ਨਿਕਲ ਗਿਆ ਹੈ, ਜੋ ਇਸਕੋ ਹਮਨੇ ਪੂਰਾ ਰੀਸਟੋਰ ਕਰਵਾਇਆ ਬਾਈ, ਇੱਕਦਮ ਤਗੜੇ ਵਾਲਾ ਰੀਸਟੋਰ ਇਸਮੇ ਜੋ ਇਸ ਵਾਰ ਹੋਇਆ। ਤੋ ਟੈਂਕੀ ਜੋ ਥੀ ਇਸਕੀ ਉਸਕੀ ਬੁਰੀ ਹਾਲਤ ਹੋਈ ਹੋਈ ਥੀ, ਮੀਟਰ ਯੇ ਇਸਕਾ ਯਹਾਂ ਸੇ ਸਾਰਾ ਟੂਟਾ ਹੁਆ ਥਾ, ਮੀਟਰ ਕੰਸੋਲ ਸਭ ਟੂਟਾ ਹੁਆ ਥਾ, ਯੇ ਸਾਰੇ ਸਭ ਕੁਛ ਇਸਮੇ ਕੁਛ ਵੀ ਜੋ ਹੈ ਨਾ ਕੁਛ ਵੀ ਹੈ ਕਿ ਲਾਕ ਹੈ ਖਾਲੀ ਪੁਰਾਣੇ ਲਗੇ ਹੋਏ, ਬਾਕੀ ਇਸਮੇ ਕੁਛ ਵੀ ਜੋ ਹੈ ਪੁਰਾਣਾ ਨਹੀਂ ਹੈ, ਬਾਕੀ ਹਮਨੇ ਏ ਟੂ ਜ਼ੈਡ ਜੋ ਹੈ ਇਸਕੋ ਤਗੜੀ ਵਾਲੀ ਤਿਆਰ ਕਰਵਾਈ ਹੈ। ਤੋ ਯੇ ਪੂਰੀ ਪੈਂਟ ਰੀਪੈਂਟ ਹੋਈ ਹੈ, ਉਸਕੇ ਬਾਅਦ ਇਸਕੀ ਜੋ ਬਾਡੀ ਹੈ ਉਹ ਸਾਰੀ ਨਹੀਂ ਪੜੀ ਹੈ, ਇੰਜਨ ਜੋ ਹੈ ਇਸਕਾ ਮੇਨ ਜੋ ਖਰਚਾ ਨਾ ਮੇਨ ਖਰਚਾ ਮੈਨੇ ਇਸਕੇ ਇੰਜਨ ਪੇ ਕਰ ਦਿਆ, ਔਰ ਇਸਕੇ ਇੰਜਨ ਪੇ ਮੈਨੇ ਕਿਤਨਾ ਖਰਚਾ ਕੀਆ ਨਾ, ਜੋ ਓਵਰਆਲ ਜੋ ਖਰਚਾ ਵੋ ਹਮਨੇ ਕੀਆ 21,000 ਇਸ ਬਾਈਕ ਪੇ। ਤੋ 21,000 ਮੈਨੇ ਇਸ ਲਈ ਕਿਉਂਕਿ ਯੇ ਬਾਈਕ ਥੀ ਨਾ ਇਸ ਪੇ ਜੋ ਮੈਨੇ ਬਾਈਕ ਚਲਾਨੀ ਸਿੱਖੀ ਥੀ, ਔਰ ਇਸਕੋ ਨਾ ਇਸਕੇ ਅਬ 21,000 ਕਿਆ 31,000 ਲੱਗ ਜਾਂਦਾ ਨਾ, ਮੈਂ ਤਬ ਵੀ ਲਗਾ ਕੇ ਇਸਕੋ ਇੱਕਦਮ ਰੀਸਟੋਰ ਕਰਵਾਈ ਆ, ਕੁਛ ਵੀ ਜੋ ਹੈ ਇਸਮੇ ਆਪਣਾ ਪੁਰਾਣਾ ਨਹੀਂ ਛੋੜਾ, ਬਲਕਿ ਇੰਡੀਕੇਟਰ ਬਿਲਕੁਲ ਫਰੈਸ਼ ਪਹਿਲੇ ਪੜੇ ਹੋਏ ਥੇ, ਮੈਨੇ ਵੋ ਵੀ ਉਤਰਵਾ ਕੇ ਨਏ ਲਗਵਾਏ, ਔਰ ਜੇ ਆਪਣਾ @62 ਤੋ ਪੈਸ਼ਨ ਆਪਣਾ ਤਿਆਰ ਹੋ ਕੇ ਆਇਆ। ਇੱਕ ਜੋ ਹੈ ਇਸਕੀ ਇੱਕ ਇੱਕ ਪੁਰਾਣੀ ਰਹਿ ਗਈ ਹੈ, ਇਹ ਵੀ ਹੈ ਜੋ ਮੈਂ ਇਸਕੀ ਫਸਟ ਸਰਵਿਸ ਪੇ ਜਾਊਂਗਾ, ਫਸਟ ਸਰਵਿਸ ਪੇ ਚੇਂਜ ਕਰਵਾ ਲੂਗਾ, ਫਸਟ ਸਰਵਿਸ ਇਸ ਲਈ ਕਿਉਂਕਿ ਆਪਣੇ ਇੰਜਨ ਨਏ ਹੈ, ਤੋ ਇਸ ਲਈ ਜੋ ਅਬ ਇਸਕੀ ਸਰਵਿਸ ਹੋਗੀ ਫਸਟ ਸਰਵਿਸ ਮੈਂ ਗਿਣ ਰਹਾ ਹੂੰ। ਤੋ ਇਸਕੀ ਜੋ ਹੈ ਬਾਡੀ ਦੇਖੋ, ਪਹਿਲੇ ਪੂਰੀ ਕੀ ਪੂਰੀ ਬਾਡੀ ਜੋ ਹੈ ਇਸਕੀ ਹਮਨੇ ਪੂਰੀ ਨਹੀਂ ਡਾਲੀ ਹੈ, ਔਰ ਜੋ ਇਸਕਾ ਇਸਕੀ ਮੈਂ ਆਪਕੋ ਆਵਾਜ਼ ਸੁਣਾ ਦੂੰ ਨਾ ਬਾਈ, ਐਸਾ ਲੱਗੇਗਾ ਕਿ ਅਭੀ ਅਭੀ ਜੋ ਹੈ ਹਮਨੇ ਨਿਕਾਲ ਕੇ ਲਾਈ ਹੈ ਸ਼ੋਰੂਮ ਸੇ। ਤੋ ਯਹਾਂ ਪੇ ਜੋ ਹੈ ਇਸਕਾ ਮੀਟਰ ਵੀ ਹਮਨੇ ਪੀਛੇ ਕਰ ਦਿਆ ਹੁਆ ਹੈ, 21,000 ਬਣਾ ਦਿਆ, ਔਰ ਯੇ ਚਲੀ ਪਤਾ ਕਿਤਨੀ ਹੋ ਗਈ, ਆਲਮੋਸਟ ਆਲਮੋਸਟ 1,00,000 ਸੇ ਅਬੂਵ ਚਲ ਗਈ ਹੈ, ਔਰ ਇਸਕਾ ਹਮਨੇ ਮੀਟਰ ਜੋ ਹੈ ਵੋ ਵਾਪਸ ਪੀਛੇ ਕਰ ਦਿਆ, 21,000 ਹੈ। ਤੋ ਅਭੀ ਜੋ ਹੈ ਇਸਕੀ ਆਵਾਜ਼ ਸੁਣ, ਆਵਾਜ਼ ਸੁਣ ਇਸਕੀ ਆਵਾਜ਼ ਹੈ ਨਾ, ਇਸ ਵਕਤ ਮੈਂ ਇਸਕੀ ਆਵਾਜ਼ ਕਾ ਫੈਨ ਹੋ ਗਿਆ ਹੂੰ, ਪਹਿਲੇ ਇਤਨੀ ਗੰਦੀ ਆਵਾਜ਼ ਥੀ ਨਾ ਇਸਕੀ, ਇਤਨੀ ਗੰਦੀ ਆ ਰਹੀ ਥੀ, ਉਸਕੇ ਬਾਅਦ ਅਭੀ ਨਾ ਯੇ ਜੋ ਯੇ ਇਸਕਾ ਸਲੈਂਸਰ ਹੈ ਯੇ ਪੂਰਾ ਇਸਕਾ ਨਹੀਂ ਹੈ, ਯੇ ਕਿਸੀ ਹੋਰ ਬਾਈਕ ਕਾ ਪੜਾ, ਅਭੀ ਮੈਂ ਦੇਖਤਾ ਹੂੰ ਪੈਸ਼ਨ ਪਲੱਸ ਕਾ ਨਹੀਂ ਹੈ, ਯੇ ਯਾ ਹੀਰੋ ਹੋਂਡਾ ਜੋ ਸਪਲੈਂਡਰ ਆਤੀ ਥੀ ਨਾ ਪਹਿਲੇ ਹੀਰੋ ਹੋਂਡਾ ਕੀ, ਉਸਕੀ ਹੈ ਅਭੀ ਇਸ ਸਲੈਂਸਰ ਕੀ ਵਜ੍ਹਾ ਸੇ ਨਾ ਥੋੜ੍ਹੀ ਸੀ ਇਸਕੀ
आवाज़ का इशू है, लेकिन अभी भी जो आवाज़ देखो भाई, ऐसा लगता है बिल्कुल ब्रांड न्यू बाइक है। और ये 98 की इसकी आवाज़ इससे अच्छी क्या ही होगी।